ਇਹੜੇ ਟੀਚਰ ਨੇ ਸਾਲ ਦੇ ਵਿੱਚ 6 7 ਜਾਂ 8 ਮਹੀਨਾ ਉਹਨਾਂ ਤੋਂ ਕੰਮ ਲਿਆ ਜਾਂਦਾ ਹੈ ਔਰ ਉਹਨਾਂ ਦੀ ਤਨਖਾਹ ਹੁੰਦੀ ਹੈ 17000 ਪਰ ਮੰਥ ਤੁਸੀਂ ਦੇਖੋਗੇ ਸਰ ਯੂਜੀਸੀ ਜਿਨ੍ਹਾਂ ਨੇ ਕੀਤੀ ਹੋਈ ਹੈ ਨੈਟ ਪਾਸ ਕੀਤਾ ਹੋਇਆ ਹੈ ਔਰ ਪੀ ਐਚ ਡੀ ਕੀਤੀ ਹੋਈ ਹੈ ਉਹਨਾਂ ਨੂੰ ਜੇਕਰ ਅਸੀਂ 17000 ਰੁਪਿਆ ਦਿੰਨੇ ਹਾਂ ਔਰ 7 ਮਹੀਨਾ ਜਾਂ 8 ਮਹੀਨਾ ਕੰਮ ਲੈਂਦੇ ਹਾਂ ਤਾਂ ਉਹ ਕਿਸ ਤਰ੍ਹਾਂ ਕੰਮ ਕਰਨਗੇ ਤੇ ਇਸ ਕਰਕੇ ਬਹਿੰਤੀ ਹੈ ਕਿ ਜੋ HIES ਕੈਟਾਗਰੀ ਬਣਾਈ ਗਈ ਸੀ ਉਹ ਸਰਕਾਰ ਦੇ ਕਿਸੇ ਪਾਲਿਸੀ ਦੇ ਤਹਿਤ ਬਣਾਈ ਗਈ ਸੀ ਤੁਹਾਡੀ ਗੱਲ ਆ ਗਈ ਮੰਤਰੀ ਜੀ ਸਰਕਾਰ ਹੀ ਸਰਕਾਰ ਉਸ ਨੂੰ ਰੈਗੂਲੇਟ ਕਰੇ ਸਰ ਤੇ ਉਹਨਾਂ ਨੂੰ ਮਤਲਬ ਰੈਗੂਲਰਾਈਜ਼ ਕਰਾਇਆ ਜਾਵੇ ਤੁਸੀ ਬੈਠੋ ਤੁਸੀ ਬੈਠੋ ਆਪਣਾ ਮੰਤਰੀ ਜੀ ਇਹ ਤੇ ਜਵਾਬ ਦੇਣਾ ਚਾਹੁੰਦੇ ਜੀ ਯਸ ਹੀ ਵਾਂਟ ਟੂ ਹੀ ਵਾਂਟ ਟੂ ਆਨਸਰ ਧੰਨਵਾਦ ਸਪੀਕਰ ਸਾਹਿਬ ਮਾਨਯੋਗ ਐਮੇਲਿਸਾ ਵੱਲੋਂ ਬਿਲਕੁਲ ਜਿਹੜਾ ਇੱਕ ਸਹੀ ਇਸ਼ੂ ਰੇਜ਼ ਕੀਤਾ ਗਿਆ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਸਬੰਧਿਤ ਕਾਲਜ ਦੇ ਮਸਲੇ ਦੇ ਵਿੱਚ ਜੀ ਇੱਥੇ 85 ਅਸਾਮੀਆਂ 104 ਦੇ ਵਿੱਚੋਂ ਹੈਗੀਆਂ ਜਿਨ੍ਹਾਂ ਵਿੱਚੋਂ ਬਿਲਕੁਲ درست ਹੈ ਕਿ 19 ਰੈਗੂਲਰ ਹੈ ਬਾਕੀ 9 ਜਿਹੜੇ ਹੈ ਜੀ ਉਹ 1158 ਜਿਹੜੀ ਨਵੀਂ ਭਰਤੀ ਹੋਈ ਸੀ ਸਰ ਬਹੁਤ ਸੈਡਲੀ ਸਰ ਇੱਕ ਕਿਉਂਕਿ ਲਈ ਹਾਇਰ ਐਜੂਕੇਸ਼ਨ ਮੈਨੂੰ 2 ਮਹੀਨੇ ਪਹਿਲਾਂ ਮਿਲਿਆ ਮੇਰਾ ਇੰਟਰਸਟ ਸਕੂਲ ਐਜੂਕੇਸ਼ਨ 'ਚ ਮੈਂ ਬਹੁਤ ਜ਼ਿਆਦਾ ਕਿੱਤਾ ਪਰ ਜਿੰਨਾ ਕੁ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਹਾਇਰ ਐਜੂਕੇਸ਼ਨ ਨੂੰ ਪੰਜਾਬ ਦੀ ਉਚੇਰੀ ਸਿੱਖਿਆ ਦਾ ਬੇੜਾ ਗਰ ਕੀਤਾ ਗਿਆ ਪਿਛਲੇ 20 ਸਾਲਾਂ ਤੋਂ ਜੀ ਸਾਡੇ ਕਾਲਜ ਖਾਲੀ ਪਏ ਐ ਸਾਡੇ ਪ੍ਰੋਫੈਸਰਸ ਨਹੀਂ ਐ ਬਿਲਕੁਲ ਸਹੀ ਕਹਿ ਰਹੇ ਹਾਂ ਜਿਹੜੇ ਗੈਸਟ ਫੈਕਲਟੀ ਨੇ ਉਹਨਾਂ ਨੂੰ ਬਹੁਤ ਥੋੜੀ ਤਨਖਾਹਾਂ ਤੇ ਜਿਹੜਾ ਕੰਮ ਕੀਤਾ ਜਾ ਰਿਹਾ ਹੋਰ ਸੈਡਲੀ ਹੈ ਕਿ ਇੱਕ ਭਰਤੀ ਜਿਹੜੀ ਲੇਟੈਸਟ ਆਈ ਸੀ 1158 ਦੀ ਉਹਦੇ ਵਿੱਚ ਵੀ ਇੰਨੀਆਂ ਕਮੀਆਂ ਛੱਡੀਆਂ ਗਈਆਂ ਕਿ ਅਜੇ ਹਾਈ ਕੋਰਟ ਦੇ ਵਿੱਚ ਸਟਕ ਹੈ ਜੀ ਅਜੋ ਬੱਚੇ ਸਾਡੇ ਕੋਲ ਆ ਜਾਂਦੇ ਤਾਂ ਪੰਜਾਬ ਦੇ ਕਾਲਜ ਅਸੀਂ ਸਾਨੂੰ ਉੱਥੇ ਹਾਈ ਕੋਰਟ ਲੜਨਾ ਪੈ ਰਿਆ ਸਾਡੀ ਕੈਬਿਨੇਟ ਨੇ ਜੀ ਲਾਸਟ ਮੀਟਿੰਗ ਦੇ ਵਿੱਚ 659 ਜਿਹੜੀਆਂ ਭਰਤੀਆਂ ਉਹਦੇ ਵੀ ਅਪਰੂਵਲ ਕਰ ਦਿੱਤੀ ਹੈ ਮੈਂ ਐਮਐਲਏ ਸਾਹਿਬ ਨੂੰ ਇਨਸ਼ੋਰ ਕਰਾਂਦਾ ਤੇ ਬਾਕੀ ਸਾਰੇ ਹਾਊਸ ਨੂੰ ਵੀ ਤੇ ਪੰਜਾਬ ਨਿਵੇਸ਼ ਇਨਸ਼ੋਰ ਕਰਾਂਦਾ ਜੀ ਆ ਸਾਰੇ ਕਾਲਜ ਸਾਡੇ ਲੈਜੈਂਡ ਸੀਗੇ ਜੀ ਕੋਈ 1930 ਚ ਕੋਈ 1960 ਚ ਪਰ ਉਸ ਤੋਂ ਬਾਅਦ ਉੱਥੇ ਇੱਟ ਵੀ ਨਹੀਂ ਲੱਗੀ ਸਾਡੇ ਸਕੂਲਾਂ ਵਿੱਚ ਤਾਂ ਇੰਟਰਐਕਟਿਵ ਪੈਨਲ ਪ੍ਰੋਜੈਕਟਰ ਆ ਗਏ ਪਰ ਕਾਲਜ ਅਜ ਉਦਾਂ ਦੇ ਉਦਾਂ ਪਏ ਨੇ ਖਾਲੀ ਹੋ ਗਏ ਨੇ ਇਟਸ ਅ ਵੈਰੀ ਸੀਰੀਅਸ ਇਸ਼ੂ ਸਰ ਤੇ ਇਹਨੂੰ ਅਸੀਂ ਆ ਇਨਸ਼ੋਰ ਵਿਥਿਨ 1 ਇਅਰ ਅਸੀਂ ਆਪਣੀ ਹਾਇਰ ਐਜੂਕੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਾਂਗੇ ਤੇ ਜੋ ਵੀ ਅੱਜ ਹਾਲਾਤ ਬਹੁਤ ਮਾੜੇ ਨੇ ਵੀ ਆਰ ਸ਼ਾਰਟ ਆਫ ਪ੍ਰੋਫੈਸਰਸ ਐਂਡ ਵੀ ਆਰ ਫਾਈਟਿੰਗ ਇਟ ਲੀਗਲੀ ਆਲਸੋ ਐਂਡ ਵੀ ਵਿਲ ਫੁਲਫਿਲ ਇਟ ਸਰ ਪਲੱਸ ਸਰ ਇਸ ਕਾਲਜ ਨੂੰ ਸਾਡੀ ਸਰਕਾਰ ਦਰਮਿਆਨ ਹੁਣ 3 ਕਰੋੜ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਸਰ 3 ਕਰੋੜ ਰੁਪਏ ਫੰਡ ਮੈਂ ਭੇਜਾਂ ਹੋਰ ਵੀ ਐਮਐਲਏ ਸਾਹਿਬ ਆ ਇਨ ਸ਼ੋ ਯੂ ਐਨੀਥਿੰਗ to be done my office is always open sir thank you thank you, sir. Thank you. Uh, arunaji